ਸਸ਼ਕਲ ਐਚਐਸਐਨਟੀ ਵਿਧਾਨਾਲ ਜੁੜੇ ਸਾਰੇ ਦਰਸ਼ਕਾਂ ਦਾ ਖਬਰਾਂ ਦੇਸ਼ ਬੁਲੇਟਿਨ ਦੇ ਵਿੱਚ ਨਿੱਘਾ ਸਵਾਗਤ ਮੈਂ ਹਰਸ਼ੀਤ ਅਲਾ ਸਤ ਪਹਿਲਾ ਇੱਕ ਚਾਤ ਮਾਰੀ ਆਈਆਂ ਖਾਸ ਖਬਰਾਂ ਤੇ ਅਮਰੀਕਾ ਦਾ ਰਵਾਇਲਨ ਯੂਕਰੇਨ ਨੂੰ ਭੇਜੇਗਾ 27 ਕਰੋੜ ਡਾਲਰ ਦੀ ਵੱਧੂ ਸਹਾਇਤਾ ਜੇਕਰ 2024 ਦੇ ਵਿੱਚ ਬੜਿਆ ਰਾਸ਼ਟਰਪਤੀ ਤਾਂ ਭਾਰਤ ਅਮਰੀਕਾ ਦੇ ਸੰਬੰਧ ਹੋਰ ਕਰਾਂਗਾ ਮਜ਼ਬੂਤ ਕੇ ਹਰ ਡੋਨਲਡ ਟਰੰਪ ਨੇ ਫੈਡਰਲ ਡੈਂਟਲ ਕੇਅਰ ਬੈਨੇਫਿਟ ਬਿਲ ਨੂੰ ਹਾਊਸ ਆਫ ਕਾਮਨਸ ਦੇ ਵਿੱਚੋਂ ਮਿਲੀ ਹਰੀ ਚੰਡੀ ਪਾਜਪਾ ਨੇਤਾ ਨੇ ਕਰੰਸੀ ਨੋਟਾਂ ਤੇ ਲਗਾਈ ਪੀਐਮ ਮੋਦੀ ਅਤੇ ਫੀਰ ਸਾਵਰਕਰ ਦੀ ਤਸਵੀਰ ਗ੍ਰਹਿ ਮੰਤਰੀਆਂ ਦੀ ਕੌਮੀ ਕਾਨਫਰੰਸ ਦੇ ਵਿੱਚ ਸੀਐਮ ਮਾਨ ਨੇ ਕਮਾਂਤਰੀ ਸਰ ਹੱਤੇ ਕੰਡਿਆਲੀ ਤਾਰ ਨੂੰ ਲੈ ਕੇ ਕੀਤੀ ਮੰਗ ਦੁਨੀਆ ਦਾ 10ਵਾਂ ਸੱਤੁਰਜੇ ਵਪਾਰਾ ਦਿੱਲੀ ਦਾ 에어ਪੋਰਟ ਸੀਐਮ ਮਾਨ ਦਾ ਪ੍ਰਚਾਰ ਤੇ ਵੱਡਾ ਬਿਆਨ 10 ਸਾਲ ਪਹਿਲਾਂ ਵੀ ਜਿਸ ਨੇ ਪੈਸਾ ਖਾਦਾ ਬਖਸ਼ੇ ਨਹੀਂ ਜਾਣਗੇ ਪੰਜਾਬ ਨੂੰ ਦਹਿਲਾਉਣ ਦੀ ਪਾਕਿਸਤਾਨ ਦੀ ਸਾਜ਼ਿਸ਼ ਹੋਈ ਨਾਕਾਮ ਬੀਐਸਐਫ ਨੇ ਵੱਡੀ ਮਾਤਰਾ ਦੇ ਵਿੱਚ ਬਰਾਮਦ ਕੀਤਾ ਹਥਿਆਰਾਂ ਦਾ ਜ਼ਖੀਰਾ ਬੁਰੀ ਤਰ੍ਹਾਂ ਫੇਲ ਸਾਬਤ ਹੋਈ ਕਾਂਗਰਸ ਕੌਂਸਲਾ ਤੇ ਦਾਰਿਤ ਨਿਗਮ ਦੀ ਸੈਨੀਟੇਸ਼ਨ ਕਮੇਟੀ ਮంత్రి ਜੋੜਾ ਮਾਜਰਾ ਨੇ ਸਿਹਤ ਵਿਭਾਗ ਗਿਆ ਖਸਤਾ ਹਾਲਤ ਇਮਾਰਤਾਂ ਨੂੰ ਢਾਉਣ ਦੇ ਜਾਰੀ ਕੀਤੇ ਨਿਰਦੇਸ਼। ਦੇਸ਼ਪਗਤ ਯੂਨੀਵਰਸਿਟੀ ਮੰਡੀ ਗੋਬਿੰਦਗੜ੍ਹ ਨੇ ਮਨਾਇਆ ਆਪਣਾ 10ਵਾਂ ਸਥਾਪਨਾ ਦਿਵਸ। ਪੰਜਾਬ ਦੇ ਮੌਸਮ ਦੇ ਵਿੱਚ ਦਿਨ ਰਾਤ ਦੇ ਤਾਪਮਾਨ ਦੇ ਵਿੱਚ ਆਈ ਗਿਰਾਵਰ ਤੇਜ਼ ਹਵਾਵਾਂ ਦੇ ਕਾਰਨ ਹੋਈ ਠੰਡ। ਹੁਣ ਖਬਰਾਂ ਵਿਸਥਾਰ ਨਾਲ ਅਮਰੀਕਾ ਦੱਖਣੀ ਯੂਕਰੇਨ ਦੇ ਮੂੜ ਮੁਖ ਖੇਤਰਾ ਤੋਂ ਰੂਸੀ ਫੌਜਾਂ ਨੂੰ ਭਜਾਉਣ ਦੀ ਕੋਸ਼ਿਸ਼ ਤਹਿਤ ਯੂਕਰੇਨ ਨੂੰ 275 ਮਿਲੀਅਨ ਡਾਲਰ ਦੀ ਵਾਧੂ ਫੌਜੀ ਅਤੇ ਹੋਰ ਸਹਾਇਤਾ ਭੇਜ ਰਿਹਾ ਹੈ। ਅਮਰੀਕੀ ਅਧਿਕਾਰੀਆਂ ਨੇ ਵੀਰਵਾਰ ਨੂੰ ਜਾਣਕਾਰੀ ਦਿੰਦਿਆਂ ਹੋਇਆ ਕਿਹਾ ਕਿ ਅਮਰੀਕੀ ਪੈਕੇਜ ਦੇ ਵਿੱਚ ਕੋਈ ਨਵਾਂ ਹਥਿਆਰ ਸ਼ਾਮਲ ਨਹੀਂ ਹੈ। ਇਸ ਪੈਕੇਜ ਦੇ ਬਾਰੇ ਲਾਂਚ ਅਗਲੇ ਹਫ਼ਤੇ ਨੂੰ ਕੀਤਾ ਜਾ ਸਕਦਾ ਹੈ। ਅਮਰੀਕਾ ਨੇ 24 ਫਰਵਰੀ ਨੂੰ ਯੂਕਰੇਨ ਦੇ ਵਿੱਚ ਰੂਸ ਦੀ ਜਗ੍ਬ ਸ਼ੁਰੂ ਹੋਣ ਤੋਂ ਬਾਅਦ ਹੁਣ ਤੱਕ ਹੀਨ ਨੂੰ ਹਥਿਆਰਾਂ ਅਤੇ ਹੋਰ ਸਾਜ਼ੋ-ਸਮਾਨ ਦੇ ਵਿੱਚ ਲਗਭਗ 18 ਬਿਲੀਅਨ ਡਾਲਰ ਦੀ ਸਹਾਇਤਾ ਦਾ ਐਲਾਨ ਕੀਤਾ ਹੈ ਜਿਸ ਦੇ ਵਿੱਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਕਿਹਾ ਕਿ ਜੇਕਰ 2024 ਦੇ ਵਿੱਚ ਰਾਸ਼ਟਰਪਤੀ ਚੋਣ ਜਿੱਤਦੇ ਹਨ ਤਾਂ ਭਾਰਤ ਦੇ ਨਾਲ ਅਮਰੀਕਾ ਦੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਕੇ ਅਗਲੇ ਪੱਧਰ ਤੱਕ ਲੈ ਕੇ ਜਾਵਾਂਗੇ ਫਲੋਰੀਡਾ ਦੇ ਵਿੱਚ ਆਪਣੇ ਮਾਰ ਇਲਾਗੋ ਰਿਜ਼ੋਰਟ ਦੇ ਵਿੱਚ ਰਿਪਬਲਿਕਨ ਹਿੰਦੂ ਕਲਿੰਚਨ ਦੇ ਦੁਆਰਾ ਆਯੋਜਿਤ ਦੀਵਾਲੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰੀਬ 200 ਭਾਰਤੀ ਅਮਰੀਕੀਆਂ ਲੋਕਾਂ ਨੂੰ ਸੰਬੋਧਨ ਕਰਦੇ ਹੋਏ 트੍ਰੰਪ ਨੇ ਕਿਹਾ ਕਿ ਹਿੰਦੂ ਭਾਈਚਾਰੇ ਭਾਰਤ ਅਤੇ ਪੀਐਮ ਨਰਿੰਦਰ ਮੋਦੀ ਦੇ ਨਾਲ ਬਹੁਤ ਚੰਗੇ ਸਬੰਧ ਨੇ ਉਹਨਾਂ ਨੇ ਕਿਹਾ ਕਿ ਜੇਕਰ 2024 ਦੇ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਚ ਮੈਂ ਆਜ ਜਾਵੇਗਾ ਆਰਐਸ ਸੀ ਨੇ ਬੀਤੇ ਸ਼ੁੱਕਰਵਾਰ ਨੂੰ ਦੀਵਾਲੀ ਪ੍ਰੋਗਰਾਮ ਦੇ ਵਿੱਚ 트ੰਪ ਦੁਆਰਾ ਦਿੱਤੇ ਗਏ ਭਾਸ਼ਣ ਦੀ ਵੀਡੀਓ ਮੰਗਲਵਾਰ ਨੂੰ ਜਾਰੀ ਕੀਤੀ ਪ੍ਰੋਗਰਾਮ ਦੇ ਵਿੱਚ ਸਾਫ ਕ ਰਾਸ਼ਟਰਪਤੀ ਨੇ ਕਿਹਾ ਕਿ ਉਹਨਾਂ ਨੇ ਅਜੇ ਤੱਕ ਕੋਈ ਐਲਾਨ ਨਹੀਂ ਕੀਤਾ ਤੇ ਉਹ ਚੋਣ ਲੜਨਗੇ ਜਾਂ ਨਹੀਂ ਪਰ ਜੇਕਰ ਉਹ ਚੋਣ ਲੜਨਗੇ ਅਤੇ 2024 ਦੇ ਵਿੱਚ ਜਿੱਤ ਦਰਜ ਕਰਨਗੇ ਤਾਂ ਭਾਰਤ-ਅਮਰੀਕੀ ਪਾਈਚਾਰ ਦੇ ਪ੍ਰਤੀ ਉਹਨਾਂ ਦੀ ਖਾਸ ਬਚਨ ਬਦਤਾ ਹੋਵੇਗੀ 트ੰਪ ਨੇ ਕਿਹਾ ਕਿ ਸਾਨੂੰ 2016 ਤੇ 2020 ਦੇ ਵਿੱਚ Hindu ਸਮਰਥਨ ਮਿਲਣ ਦੇ ਨਾਲ-ਨਾਲ ਭਾਰਤ ਦੇ ਲੋਕਾਂ ਦਾ ਵੀ ਸਮਰਥਨ ਮਿਲਿਆ ਸੀ ਮੈਂ ਵਾਸ਼ਿੰਗਟਨ ਡੀਸੀ ਦੇ ਵਿੱਚ ਇੱਕ Hindu ਹੋਲੋਕਾਸਟ ਯਾਦਗਾਰ ਬਣਾਉਣ ਦੇ ਵਿਚਾਰ ਦਾ ਪੂਰੀ ਤਰ੍ਹਾਂ ਸਮਰਥਨ ਕਰਦਾ ਹਾਂ ਉਹਨਾਂ ਨੇ ਕਿਹਾ ਕਿ ਚੈੱਕ ਕਰੋ 2024 ਦੇ ਵਿੱਚ ਰਾਸ਼ਟਰਪਤੀ ਚੋਣ ਜਿੱਤੇ ਦੇ ਹਾਂ ਤਾਂ ਭਾਰਤ ਦੇ ਨਾਲ ਅਮਰੀਕਾ ਦੇ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਵਾਂਗੇ ਉੱਥੇ ਹੀ ਕੁਮਾਰ ਨੇ ਕਿਹਾ ਕਿ ਹਿੰਦੂ ਭਾਈਚਾਰੇ ਸੱਚੇ ਮਿੱਤਰ ਤੇ ਆਰਐਸਸੀ ਅਮਰੀਕਾ ਦੇ ਵਿੱਚ ਇਸ ਭਾਈਚਾਰੇ ਨੂੰ ਮਜ਼ਬੂਤ ਬਣਾਉਣ ਦੇ ਵਿੱਚ ਪਿਛਲੇ ਕੁਝ ਸਾਲ ਦੇ ਵਿੱਚ ਹਾਸਲ ਕੀਤੀਆਂ ਗਈਆਂ ਉਪਲਬਧੀਆਂ ਤੇ ਮਾਣ ਹੈ ਕੰਜ਼ਰਵੇਟਿਵਾਂ ਦੇ ਬਲਾਕ ਯੂਬੀਕੇਆ ਦੇ ਵੱਲੋਂ ਵਿਰੋਧ ਦੇ ਬਾਵਜੂਦ ਵੀਰਵਾ ਨੂੰ ਹਾਊਸ ਆਫ ਕਾਮਨਸ ਦੇ ਵਿੱਚ ਲਿਬਰਲਾਂ ਦੇ ਵੱਲੋਂ ਲਿਆਂਦਾ ਡੈਂਟਲ ਕੇਅਰ ਬੈਨੀਫਿਟ ਬਿਲ ਤੇ ਜੀ ਰੀਡਿੰਗ ਦੇ ਵਿੱਚ ਪਾਸ ਹੋ ਗਿਆ। ਇਹ ਬਿਲ 172 ਦੇ ਮੁਕਾਬਲੇ 138 ਵੋਟਾਂ ਦੇ ਵਿੱਚ ਪਾਸ ਹੋਇਆ। ਇਸ ਤਹਿਤ ਸਾਲ ਦੇ ਵਿੱਚ 90000 ਡਾਲਰ ਤੋਂ ਵੀ ਘੱਟ ਕਮਾਉਣ ਵਾਲੇ ਪਰਿਵਾਰਾਂ ਦੇ ਬੱਚਿਆਂ ਨੂੰ ਦੰਦਾਂ ਦੀ ਸੰਭਾਲ ਦੇ ਲਈ 650 ਡਾਲਰ ਪ੍ਰਤੀ ਬੱਚੇ ਦੇ ਹਿਸਾਬ ਦੇ ਨਾਲ ਮਿਲਣਗੇ। ਇਸ ਮਕਸਦ ਦੇ ਲਈ ਯੋਗ ਹੋਣ ਵਾਸਤੇ ਪਰਿਵਾਰਾਂ ਨੂੰ ਕੈਨੇਡਾ ਰੈਵਿਨਿਊ ਏਜੰਸੀ ਤੇ ਰਾਹੀਂ ਅਪਲਾਈ ਕਰਨਾ ਹੋਵੇਗਾ ਤੇ ਤਸਦੀਕ ਕਰਨਾ ਹੋਵੇਗਾ ਕਿ ਉਹਨਾਂ ਨੇ ਆਪਣੇ ਬੱਚੇ ਦੇ ਲਈ ਡੈਂਟਲ ਵਿਜ਼ਿਟ ਬੁੱਕ ਕਰਵਾਈ ਹੈ ਉਸ ਦੇ ਕੋਲ ਪ੍ਰਾਈਵੇਟ ਇੰਸ਼ੋਰੈਂਸ ਨਹੀਂ ਹੈ ਅਤੇ ਇਸ ਅਪੁਆਇੰਟਮੈਂਟ ਦੇ ਲਈ ਹੋਣ ਵਾਲਾ ਖਰਚਾ ਉਹਨਾਂ ਨੂੰ ਵਾਰ ਨਹੀਂ ਖਾਂਦਾ ਇਸ ਤੋਂ ਇਲਾਵਾ ਪਰਿਵਾਰਾਂ ਨੂੰ ਇਸ ਸੰਬੰਧੀ ਰਸੀਦਾ ਵੀ ਕੋਲ ਰੱਖਣੀਆਂ ਹੋਣਗੀਆਂ ਕਿਉਂਕਿ ਆਡਿਟ ਹੋਣ ਦੀ ਸੂਰਤ ਦੇ ਵਿੱਚ ਇਹ ਉਹਨਾਂ ਦੇ ਕੰਮ ਆਉਣਗੀਆਂ ਇੱਥੇ ਦੱਸਣਾ ਹੈ ਵੀ ਬਣਦਾ ਹੈ ਕਿ ਲਿਬਰਲਾਂ ਤੇ ਐਨਡੀਪੀ ਦਰਮਿਆਨ ਹੋਈ ਸਪਲਾਈ ਤੇ ਕੌਨਫੀਡੈਂਸ ਡੀਲ ਦਾ ਤੁਰਾ ਡੈਂਟਲ ਕੇਅਰ ਹੀ ਹੈ ਲ ਫੈਡਰਲ ਡੈਂਟਲ ਕੇਅਰ ਇੰਸ਼ੋਰੈਂਸ ਪ੍ਰੋਗਰਾਮ ਲਾਂਚ ਕਰਨ ਦਾ ਵਾਅਦਾ ਕੀਤਾ ਹੈ ਇਹ ਵੀ ਤੈ ਹੋਇਆ ਹੈ ਕਿ ਘੱਟ ਤੇ ਦਰਮਿਆਨੀ ਆਮਦਨ ਵਾਲੇ ਪਰਿਵਾਰਾਂ ਦੇ ਬੱਚਿਆਂ ਨੂੰ ਇਸ ਪ੍ਰੋਗਰਾਮ ਦੇ ਤਹਿਤ ਪਹਿਲ ਦੇ ਆਧਾਰ ਤੇ ਕਵਰ ਕੀਤਾ ਜਾਵੇਗਾ ਉਧਰ ਭਾਰਤੀ ਕਰੰਸੀ ਤੇ ਮਹਾਤਮਾ ਗਾਂਧੀ ਦੇ ਨਾਲ-ਨਾਲ ਭਗਵਾਨ ਗਣੇਸ਼ ਤੇ ਮਾਤਾ ਲక్ష్ਮੀ ਦੀ ਫੋਟੋ ਲਗਵਾਉਣ ਦੇ ਲਈ ਅਰਵਿੰਦ ਕੇਜਰੀਵਾਲ ਦੀ ਮੰਗ ਤੋਂ ਬਾਅਦ ਉਨ ਰਾਸ਼ਟਰੀਕ ਮਾਹੌਲ ਕਾਫੀ ਗਰਮਾਇਆ ਹੋਇਆ। ਹੁਣ ਇਸ ਵਿਵਾਦ ਦੇ ਵਿੱਚ ਭਾਜਪਾ ਨੇ ਤਾਂ ਰਾਮ ਕਦਮ ਵੀ ਆ ਗਏ ਨੇ। ਉਹਨਾਂ ਨੇ ਟਵੀਟ ਕਰਦੇ ਹੋਏ ਕਿਹਾ ਕਿ 500 ਰੁਪਏ ਦੇ ਨੋਟ ਸ਼ੇਅਰ ਕੀਤੇ ਨੇ ਜਿਨ੍ਹਾਂ ਤੇ ਛਤਰਪਤੀ ਸ਼ਿਵਾਜੀ ਮਹਾਰਾਸ਼ਟਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੋਟੋ ਲੱਗੀ ਹੋਈ ਹੈ। ਇਹਨਾਂ ਫੋਟੋਜ਼ ਨੂੰ ਫੋਟੋਸ਼ਾਪ ਦੇ ਰਾਹੀਂ ਬਣਾਇਆ ਗਿਆ ਹੈ। ਭਾਜਪਾ ਨੇਤਾ ਰਾਮ ਕਦਮ ਨੇ ਟਵੀਟ ਕਰਦੇ ਆਖਿਆ ਕਿ ਅਖੰਡ ਭਾਰਤ ਨਵਾਂ ਭਾਰ ਉਹ ਕੀ ਫੋਟੋਸ਼ਾਪ ਦੇ ਨਾਹੀਂ ਬਣਾਈਆਂ ਗਈਆਂ ਆ ਰਾਮ ਕਦਮ ਵੱਲੋਂ ਸ਼ੇਅਰ ਕੀਤੀਆਂ ਗਈਆਂ ਤਸਵੀਰਾਂ ਤੇ 500 ਰੁਪਏ ਦੇ ਨੋਟ ਤੇ ਰਾਸ਼ਟਰੀ ਪిత ਮਹਾਤਮਾ ਗਾਂਧੀ ਦੀ ਜਗ੍ਹਾ ਛਤਰਪਤੀ ਸ਼ਿਵਾਜੀ ਮਹਾਰਾਜ ਬਾਲਾ ਸਾਹਿਬ ਡਾਕਟਰ ਪੀਮਰੰਬਿਤਕਰ ਸੋ ਤਤਤਸ ਨਾਨੀ ਵਿਨੈਕ ਸਾਵਰਕਰ ਤੇ ਪੀਐਮ ਨਰਿੰਦਰ ਮੋਦੀ ਦੀਆਂ ਤਸਵੀਰਾਂ ਬਣੀਆਂ ਹੋਈਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਚਾਨ ਨੂੰ ਸਬੰਧ ਦੇ ਵਿੱਚ ਭਾਰਤ-ਪਾਕਿਸਤਾਨ ਦਰਮਿਆਨ ਦਰਾਸ਼ਟਰੀ ਸਰਹੱਦ ਤੇ ਲੱਗੀ ਕੰਡਿਆਲੀ ਤਾਰ ਦੇ ਨਾਲ ਕਿਸਾਨਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਨੂੰ ਹਮਦਰਦੀ ਦੇ ਨਾਲ ਵਿਚਾਰਨ ਦੀ ਅਪੀਲ ਕੀਤੀ। ਅੱਜ ਇੱਥੇ ਗ੍ਰਹਿ ਮੰਤਰੀਆਂ ਦੀ ਕੌਮੀ ਕਾਨਫਰੰਸ ਨੂੰ ਬੋਧਨ ਕਰਦਿਆਂ ਮੁੱਖ ਮੰਤਰੀ ਨੇ ਅਮਿਤ ਚਾਨ ਨੂੰ ਕੰਡਿਆਲੀ ਤਾਰ ਦੇ ਸਿਲਸਿਲੇ ਹੱਦ ਦੇ ਵਿੱਚ ਕਰ ਦੂਰੀ ਨੂੰ ਘਟਾਉਣ ਦੀ ਅਪੀਲ ਕੀਤੀ ਤਾਂ ਜੋ ਤਾਰ ਦੇ ਪਾਰ ਆਪਣੀ ਜ਼ਮੀਨ ਦੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਰਾਹਤ ਮਿਲ ਸਕੇ। ਉਹਨਾਂ ਨੇ ਕਿਹਾ ਕਿ ਇਹ ਦੂਰੀ ਮੌਜੂਦਾ ਇਸ 1 ਕਿਲੋਮੀਟਰ ਦੀ ਬਜਾਏ 150 ਤੋਂ 200 ਇਸ ਨਾਲ ਇੱਕ ਪਾਸੇ ਜ਼ਮੀਨ ਦੀ ਸੁਰੱਖਿਅਤੀ ਵਰਤੋਂ ਯਕੀਨੀ ਬਣੇਗੀ ਤੇ ਦੂਜੇ ਪਾਸੇ ਦੇਸ਼ ਦੀ ਸੁਰੱਖਿਆ ਵੀ ਮਜ਼ਬੂਤ ਹੋਵੇਗੀ ਇੱਕ ਹੋਰ ਮੁੱਦੇ ਨੂੰ ਉਠਾਉਂਦਿਆਂ ਮੁੱਖ ਮੰਤਰੀ ਨੇ ਭਾਰਤ ਸਰਕਾਰ ਨੂੰ ਪਠਾਨਕੋਟ ਵਿਖੇ ਕੌਮੀ ਸੁਰੱਖਿਆ ਗਾਰਡਜ਼ ਦਾ ਖੇਤਰੀ ਕੇਂਦਰ ਸਥਾਪਿਤ ਕਰਨ ਦੀ ਅਪੀਲ ਕੀਤੀ ਉਹਨਾਂ ਨੇ ਕਿਹਾ ਕਿ ਪਠਾਨਕੋਟ ਟੇਰਬੇਜ਼ ਤੇ ਹਮਲੇ ਦੌਰਾਨ ਗੁਰਦਾਵਾਲਾ ਤੋਂ ਐਨਐਸਜੀ ਨੂੰ ਰਵਾਨਾ ਕੀਤਾ ਗਿਆ ਸੀ ਜਿਸ ਵਿੱਚ ਕਾਫੀ ਸਮਾਂ ਲੱਗਾ ਮੰਨ ਲਿਆ ਕਿ ਪਠਾਨਕੋਟ ਵਿਖੇ ਐਨਐਸਜੀ ਕੇਂਦਰ ਦੀ ਸਥਾਪਨਾ ਨਾਲ ਪੂਰੇ ਉੱਤਰ ਖੇਤਰ ਦੇ ਵਿੱਚ ਅਤਵਾਦ ਦੀਆਂ ਗਤੀਵਿਧੀਆਂ ਦਾ ਪ੍ਰਭਾਵਸ਼ਾਲੀ ਢੰਗ ਨਾਲ ਮੁਕਾਬਲਾ ਕਰਨ ਦੇ ਵਿੱਚ ਮਦਦ ਮਿਲੇਗੀ ਪੰਜਾਬ ਸਰ ਹਾਦਸੇ ਲੱਗਦੀ ਹੋਣ ਦੇ ਕਰਕੇ ਇਸ ਨੂੰ ਸੰਵੇਦਨਸ਼ੀਲ ਸੂਬਾ ਦੱਸਦਿਆਂ ਸੀਐਮਾ ਨੇ ਅੱਜ ਸੁਰੱਖਿਆ ਕਾਰਨਾਂ ਦੇ ਮੱਦੇਨਜ਼ਰ ਸੂਬੇ ਨੂੰ ਮੌਜੂਦਾ ਕੈਟਾਗਰੀ B ਦੀ ਬਜਾਏ ਕੈਟਾਗਰੀ A ਦੇ ਵਿੱਚ ਸ਼ਾਮਲ ਕਰਨ ਦੀ ਮੰਗ ਕੀਤੀ ਮੁੱਖ ਮੰਤਰੀ ਨੇ ਬਾਰਡਰ ਏਰੀਆ ਡਵੈਲਪਮੈਂਟ ਪ੍ਰੋਗਰਾਮ ਸਕੀਮ ਦੇ ਤਹਿਤ ਬਕਾਇਆ ਫੰਡ ਜਾਰੀ ਕਰਨ ਦੀ ਵੀ ਜ਼ੋਰਦਾਰ ਅਪੀਲ ਕੀਤੀ ਉਹਨਾਂ ਨੇ ਦੁੱਖ ਪ੍ਰਗਟਾ ਕੇ ਫੰਡ ਪਿਛਲੇ 2 ਵਿੱਤੀ ਸਾਲਾਂ ਤੋਂ ਵੰਡੇ ਨਹੀਂ ਗਏ ਇਸ ਕਾਰਨ ਸੂਬੇ ਦੇ ਵਿੱਚ ਕੋਈ ਵੀ ਨਵਾਂ ਪ੍ਰੋਜੈਕਟ ਸ਼ੁਰੂ ਨਹੀਂ ਹੋਇਆ ਤੇ ਚੱਲ ਰਹੇ ਪ੍ਰੋਜੈਕਟਾਂ ਦੇ ਵਿੱਚ ਵੀ ਔਕੜਾ ਪੇਸ਼ ਆ ਰਹੀਆਂ ਨੇ ਮੁੱਖ ਮੰਤਰੀ ਨੇ ਪੁਲਿਸ ਫੋਰਸ ਪੁਲਸ ਫੋਰਸ ਦੇ ਆਧੁਨਿਕ ਕਰਨ ਦੇ ਲਈ ਸਕੀਮ ਤਹਿਤ ਕੈਟਾਗਰੀ B ਸੂਬਿਆਂ ਤੋਂ ਉਸ ਸਾਰੀ ਕਾਰਜ ਤੇ ਵਾਹਨ ਦੇ ਸੰਚਾਲਨ ਦੀਆਂ ਫੰਡਾਂ ਦੀ ਗ੍ਰਾਂਟ ਬੰਦ ਕਰ ਦਿੱਤੀ ਗਈ। ਉਹਨਾਂ ਨੇ ਕਿਹਾ ਕਿ ਪੰਜਾਬ ਨੂੰ ਐਮਓਪੀਐਫ ਫੰਡ ਖਰਚ ਕਰਨ ਦੀ ਛੋਟ ਤੇ ਉਸਾਰੇ ਦੇ ਵਾਹਨ ਦੇ ਲਈ ਖਰੀਦਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ। ਮੁੱਖ ਮੰਤਰੀ ਨੇ ਕੇਂਦਰ ਗ੍ਰਹਿ ਮੰਤਰੀ ਦੇ ਵੱਲੋਂ ਸਾਲ 2022-23 ਲਈ ਪ੍ਰਵਾਨ ਕੀਤੀ 24 ਕਰੋੜ ਰੁਪਏ ਦੀ ਸੂਬਾਈ ਕਾਰਜ ਯੋਜਨਾ ਨੂੰ ਪ੍ਰਵਾਨਗੀ ਦੇਣ ਦੇ ਲਈ ਕੇਂਦਰੀ ਗ੍ਰਹਿ ਮੰਤਰੀ ਦੀ ਦਖਲ ਦੇਵੀ ਮੰਗ ਕੀਤੀ। ਉਹਨਾਂ ਨੇ ਇਹ ਵੀ ਕਿਹਾ ਕਿ ਪੰਜਾਬ ਵਿੱਚ ਸੁਰੱਖਿਆ ਦੇ ਸੰਵੇਦਨਸ਼ੀਲ ਹਾਲਾਤ ਦੇ ਸਬੰਧ ਦੇ ਨਜ਼ਰ ਸੂਬੇ ਨੂੰ ਦੀ ਪੁਲਿਸ ਥਾਣੇ ਸੁਰੱਖਿਆ ਦੀ ਦੂਜੀ ਲਾਈਨ ਅਤੇ ਕੁਫੀਆ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕੀਤਾ ਜਾ ਸਕੇ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਵਿੱਚ ਸੁਰੱਖਿਆ ਦੇ ਲਿਹਾਜ਼ ਤੋਂ ਬਹੁਤ ਸਾਰੀਆਂ ਉੱਭਰਦੀਆਂ ਚੁਣੌਤੀਆਂ ਹਨ ਤੇ ਪੰਜਾਬ ਸਰਕਾਰ ਬੀਐਸਐਫ ਅਤੇ ਹੋਰ ਕੇਂਦਰ ਜਨਸਿਆ ਦੇ ਨਾਲ ਤਾਲਮਿਲ ਕਰਕੇ ਇਹਨਾਂ ਨੂੰ ਹੱਲ ਕਰਨ ਦੇ ਲਈ ਸਾਰੇ ਲੋੜਿੰਦੇ ਕਦਮ ਚੁੱਕ ਰਹੀ ਹੈ ਉਹਨਾਂ ਨੇ ਕਿਹਾ ਕਿ ਮਾਰਚ 2022 ਤੋਂ ਪੰਜਾਬ ਸਰਕਾਰ ਦੇ ਨਸ਼ਾ ਦੇ ਪ੍ਰਤੀ ਕੋਈ ਲਿਹਾਜ਼ ਨਾ ਵਰਤਨ ਦੀ ਅਪੀਲ અપ나ਈ ਹੋਈ ਹੈ ਤੇ ਪੰਜਾਬ ਦੇ ਵਿੱਚ ਨਸ਼ਾ ਦੀ ਤਸਕਰੀ ਦੇ ਵਿਰੁੱਧ ਕੋਈ ਫੈਸਲਾ ਕੋਨ ਕਦਮ ਚੁੱਕੇ ਗਏ ਨੇ ਤੇ ਸਖਤ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਗਈ ਹੈ ਹੁਣ ਤੱਕ 8811 ਇਹਤ ਦਰਜ ਮਾਮਲਿਆਂ ਦੇ ਵਿੱਚ 11985 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਪੁਲਿਸ ਨੇ ਗੁਜਰਾਤ ਦੀ ਏਟੀਐਸ ਨਾਲ ਸਾਂਝੇ ਤੌਰ ਤੇ ਕਾਰਵਾਈ ਕਰਦਿਆਂ ਮੋਦਰਾ ਬੰਦਰਗਾਹ ਵਿਖੇ 75 ਕਿਲੋ ਹੈਰੋਇਨ ਬਰਾਮਦ ਕੀਤੀ ਤੇ ਜੁਲਾਈ 2022 ਦੇ ਵਿੱਚ ਨਾਵਾ ਸ਼ੇਵਾ ਪੋਰਟ ਮੁੰਬਈ ਦੇ ਵਿੱਚ ਮਹਾਰਾਸ਼ਟਰ ਪੁਲਿਸ ਨਾਲ ਸਾਂਝੇ ਤੌਰ ਤੇ ਕਾਰਵਾਈ ਕਰਕੇ 72.5 ਕਿਲੋ ਹੈਰੋਇਨ ਬਰਾਮਦ ਕੀਤੀ ਉਹਨਾਂ ਨੇ ਇਹ ਆ ਕੇ ਪੰਜਾਬ ਸਰਕਾਰ ਨੇ ਐਂਟੀ ਗੈਂਗਸਟਰ ਟਾਸਕ ਫੋਰਸ ਦਾ ਗਠਨ ਕੀਤਾ ਜਿਨ੍ਹਾਂ ਨੇ ਗੈਂਗਸਟਰ ਵਿਰੋਧੀ ਕਾਰਵਾਈਆਂ ਨੂੰ ਅੰਜਾਮ ਦੇਦਿਆ 384 ਗੈਂਗਸਟਰ ਸੰਗਠਿਤ ਅਪਰਾਧੀਆਂ ਦੇ ਸਮੇਤ 90 ਗੈਂਗਸਟਰ ਮਾਡਿਊ ਦਾ ਪਰਦਾਫਾਸ਼ ਕੀਤਾ ਤੇ ਮਾਨ ਨੇ ਕਿਹਾ ਕਿ ਪੰਜਾਬ ਪੁਲਿਸ ਨੇ ਬੀਐਸਐਫ ਦੇ ਨਾਲ ਤਾਲਮਿਲ ਕਰਕੇ ਤਰਨਤਾਰਨ ਜ਼ਿਲ੍ਹੇ ਦੇ ਵਿੱਚ 900 ਤੋਂ ਵੱਧ ਜਵਾਨਾਂ ਦੀ ਵਾਧੂ ਤਾਇਨਾਤੀ ਕਰਕੇ ਸੁਰੱਖਿਆ ਦੀ ਦੂਜੀ ਲਾਈਨ ਨੂੰ ਮਜ਼ਬੂਤ ਕੀਤਾ ਜਿਸ ਕਾਰਨ ਡਰੋਨ ਦੀਆਂ ਘਟਨਾਵਾਂ ਦੇ ਵਿੱਚ ਜ਼ਿਕਰਯੋਗ ਕਮੀ ਆਈ ਹੈ ਮੁੱਖ ਮੰਤਰੀ ਨੇ ਸੂਬੇ ਦੇ ਵਿੱਚ ਉੱਚ ਸੁਰੱਖਿਆ ਵਾਲੀ ਜੇਲ੍ਹ ਅਤੇ ਫੈਰੋਸਿਕ ਸਾਇੰਸ ਲੈਬਾਰਟਰੀ ਸਥਾਪਿਤ ਕਰਨ ਦਾ ਐਲਾਨ ਕਰਨ ਦੇ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਦਾ ਤਾਨਵਾਦ ਵੀ ਕੀਤਾ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੋਵਾਂ ਪ੍ਰੋਜੈਕਟਾਂ ਦੇ ਲਈ ਮੁਹੱਈਆ ਕਰਵਾਈ ਜਾਣ ਵਾਲੀ ਜ਼ਮੀਨ ਦੀ ਸ਼ਨਾਖਤ ਕਰ ਰਹੀ ਹੈ ਮਾਨ ਨੇ ਕਿਹਾ ਕਿ ਦੇ ਪੰਜਾਬ ਦੇਸ਼ ਦੀ ਖੜਗ ਪੂਜਾ ਹੈ ਜਿਸ ਨੇ ਹਮੇਸ਼ ਦਿੱਲੀ ਦਾ ਇੰਦਰਾ ਗਾਂਧੀ ਅੰਤਰਰਾਸ਼ਟਰੀ 에ਰਪੋਰਟ ਅਕਤੂਬਰ ਦੇ ਵਿੱਚ ਦੁਨੀਆ ਦੇ 10ਵੇਂ ਸਭ ਤੋਂ ਰੁਝੇਵਿਆਂ ਪਰੇ ਹਵਾਈ ਅੱਡੇ ਦੇ ਵਿੱਚੋਂ ਪਰਿਆ ਜਦਕਿ ਕੋਵਿਡ-19 ਮਹਾਮਾਰੀ ਤੋਂ ਪਹਿਲਾਂ ਯਾਨੀ ਕਿ ਅਕਤੂਬਰ 2020 ਦੇ ਵਿੱਚ ਇਹ 14ਵਾਂ ਸਭ ਤੋਂ ਰੁਝੇਵਿਆਂ ਪਰਿਆ 에ਰਪੋਰਟ ਸੀ ਗਲੋਬਲ ਯਾਤਰਾ ਦੇ ਨਾਲ ਸੰਬੰਧਿਤ ਅੰਕੜੇ ਪ੍ਰਦਾਨ ਕਰਵਾਉਣ ਵਾਲੀ ਸੰਸਥਾ ਆਫੀਸ਼ੀਅਲ 에ਅਰਲਾਈਨ ਗਾਈਡ ਨੇ ਆਪਣੀ ਰਿਪੋਰਟ ਦੇ ਵਿੱਚ ਇਸ ਦੀ ਜਾਣਕਾਰੀ ਦਿੱਤੀ ਹੈ ਰਿਪੋਰਟ ਨੇ ਦੱਸਿਆ ਹੈ ਕਿ ਹੌਟਸਫੀਲਡ ਜੈਕਸਨ ਦਾ ਐਟਲਾਂਟਾ ਅੰਤਰਰਾਸ਼ਟਰੀ 에ਰਪੋਰਟ ਅਕਤੂਬਰ ਦੇ ਵਿੱਚ ਸਭ ਤੋਂ ਰੁਝੇਵਿਆਂ ਪਰਿਆ 에ਰਪੋਰਟ ਰਿਹਾ ਇਸ ਤੋਂ ਬਾ ਹਨੀਦਾ ਏਅਰਪੋਰਟ ਕਰੰਮਵਾਰ ਦੂਜੇ ਤੀਜੇ ਸਥਾਨ ਤੇ ਰਹੇ ਰਿਪੋਰਟ ਦੇ ਵਿੱਚ ਛੇਵੇਂ ਸਥਾਨ ਤੇ ਲੰਡਨ ਹੀਥਰੋ ਏਅਰਪੋਰਟ ਅੱਡਾ ਹੈ ਇਸ ਤੋਂ ਬਾਅਦ ਸੱਤਵੇਂ ਸਥਾਨ ਤੇ ਸ਼ਿਕਾਗੋ ਉਹਾਰੇ ਅੰਤਰਰਾਸ਼ਟਰੀ ਏਅਰਪੋਰਟ ਹੈ ਔਰ ਲਾਸ ਐਂਜਲਸ ਅੰਤਰਰਾਸ਼ਟਰੀ ਏਅਰਪੋਰਟ ਨੌਵੇਂ ਸਥਾਨ 'ਤੇ ਹੈ OAG ਦੀ ਰੈਂਕਿੰਗ ਇਸ ਸਾਲ ਅਕਤੂਬਰ ਤੱਕ ਅਕਤੂਬਰ 2019 ਦੇ ਵਿੱਚ ਨਿਰਧਾਰਿਤ ਏਅਰਲਾਈਨ ਸਮਰੱਥਾ ਦੀ ਤੁਲਨਾ ਦੇ ਆਧਾਰ 'ਤੇ ਜਾਰੀ ਕੀਤੀ ਗਈ ਹੈ ਦੁਨੀਆ ਦੇ ਚੋਟੀ ਦੇ 10 ਸਭ ਤੋਂ ਰਜੇਵੇਂ ਪਰ ਏਅਰਪੋਰਟ ਨੂੰ ਉਨ੍ਹਾਂ ਦੀ ਸੰਯੁਕਤ ਘਰੇਲੂ ਅਤੇ ਅੰਤਰਰਾਸ਼ਟਰੀ ਸਮਰੱਥਾ ਦੇ ਆਧਾਰ 'ਤੇ ਸਥ

ਉਧਰ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਅਹਿਮ ਸੰਕੇਤ ਦਿੱਤਾ ਹੋਇਆ ਕਿ ਆ ਕਿ 10 ਸਾਲ ਪਹਿਲਾਂ ਹੀ ਜਿਸ ਤੇ ਪੰਜਾਬ ਨੂੰ ਲੁੱਟਿਆ ਜਾ ਪੈਸਾ ਖਾਦਾ ਹੈ ਉਹ ਕਿਸੇ ਵੀ ਕੀਮਤੇ ਬਖਸ਼ੇ ਨਹੀਂ ਜਾਣਗੇ ਮੁੱਖ ਮੰਤਰੀ ਨੇ ਵੱਖ-ਵੱਖ ਜਨਤਕ ਬੈਠਕਾਂ ਦੇ ਵਿੱਚ ਭ੍ਰਿਸ਼ਟਾਚਾਰ ਤੇ ਆਪਣਾ ਸਟੈਂਡ ਸਪਸ਼ਟ ਕੀਤਾ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਨੂੰ ਲੈ ਕੇ ਅੱਜ ਸਿਰਫ ਆਪਣੇ ਕਦਮ ਹੀ ਅੱਗੇ ਵਿਦਾਇ ਨੇ ਜਿਸ ਕਾਰਨ ਭ੍ਰਿਸ਼ਟਾਚਾਰੀਆਂ ਦੇ ਨ ਵਿੱਚ ਖਲਵਲੀ ਮਚੀ ਹੋਈ ਹੈ ਮਾਨ ਨੇ ਕਿਹਾ ਕਿ ਪੰਜਾਬ ਨੂੰ ਲੁੱਟਣ ਵਾਲੇ ਪੰਜਾਬ ਦੇ ਹਿਤੈਸ਼ੀ ਨਹੀਂ ਹੋ ਸਕਦੇ ਅਜਿਹੇ ਲੋਕਾਂ ਤੋਂ ਲੁੱਟਿਆ ਗਿਆ ਪੈਸਾ ਵਾਪਸ ਵਸੂਲ ਕਰਕੇ ਸਰਕਾਰੀ ਖਜ਼ਾਨੇ ਦੇ ਵਿੱਚ ਜਮ੍ਹਾਂ ਕਰਵਾਇਆ ਜਾਵੇਗਾ ਮਾਫ ਨਹੀਂ ਕੀਤਾ ਜਾਵੇਗਾ ਅਜਿਹੇ ਲੋਕਾਂ ਤੋਂ ਪੂਰੇ ਪੈਸੇ ਵਸੂਲ ਕਿਤੇ ਜਾਣੀ ਉਹਨਾਂ ਨੇ ਕਹਿ ਕੇ ਚੋਰ ਤਾਂ ਚੋਰ ਹੁੰਦਾ ਹੈ ਤੇ ਉਸ ਨੂੰ ਹਮੇਸ਼ਾ ਇਹ ਡਰ ਸਤਾਉਂਦਾ ਰਹਿੰਦਾ ਹੈ ਕਿ ਕਦੋਂ ਪੁਲਿਸ ਉਸ ਨੂੰ ਆਪਣੀ ਪਕੜ ਦੇ ਵਿੱਚ ਲੈ ਲਵੇਗੀ ਮੁੱਖ ਮੰਤਰੀ ਨੇ ਕਿਹਾ ਕਿ ਭ੍ਰਿਸ਼ਟਾਚਾਰ ਤੇ ਜ਼ੀਰੋ ਟੋਲਰੈਂਸ ਦੀ ਨੀਤੀ ਉਤੇ ਅਮਲ ਕੀਤਾ ਜਾ ਰਿਹਾ ਹੈ ਜਿਸ ਤਹਿਤ ਭ੍ਰਿਸ਼ਟਾਚਾਰ ਕਰਨ ਵਾਲੇ ਕਿਸੇ ਪਾਰਟੀ ਨਾਲ ਸੰਬੰਧਿਤ ਨੇਤਾਵਾਂ ਦੇ ਖਿਲਾਫ ਕੇਸ ਦਰਜ ਕਰ ਰਹੇ ਨੇ ਸਾਬਕਾ ਮੰਤਰੀ ਸੁੰਦਰ ਸ਼ਾਮ अरोड़ा ਦਾ ਨਾਮ ਲਏ ਬਿਨਾ ਮੁੱਖ ਮੰਤਰੀ ਨੇ ਕਿਹਾ ਕਿ ਉਹ ਆਪਣੇ ਪਿਛਲੇ ਕਾਰਨਾਮੇ ਤੋਂ ਡਰੇ ਹੋਏ ਸਨ ਇਸ ਦੇ ਲਈ ਉਹ ਖੁਦ ਪੈਸੇ ਲੈ ਕੇ ਸਰਕਾਰੀ ਅਧਿਕਾਰੀਆਂ ਦੇ ਕੋਲ ਪਹੁੰਚ ਗਏ ਨੇ ਮੁੱਖ ਮੰਤਰੀ ਨੇ ਕਿਹਾ ਕਿ ਜੇ ਭ੍ਰਿਸ਼ਟਾਚਾਰ ਦਾ ਪੈਸਾ ਸੁੱਬੇ ਦਿਨ ਲੋਕਾਂ ਦੀ ਭਲਾਈ ਦੇ ਲਈ ਵਰਤਿਆ ਜਾਵੇਗਾ ਤਾਂ ਪੰਜਾਬ ਖੁਸ਼ਹਾਲੀ ਵੱਲ ਵਧੇਗਾ ਸਰਕਾਰ ਭ੍ਰਿਸ਼ਟਾਚਾਰੀਆਂ ਤੋਂ ਵਿਆਜ ਸਮੇਤ ਪੈਸੇ ਦੀ ਵਿਸੁੱਲੀ ਕਰੇਗੀ ਪਿਛਲੀ ਸਰਕਾਰ ਤੇ ਚੁਟਕੀ ਲੈਦੇ ਉਹਨਾਂ ਨੇ ਕਿਹਾ ਕਿ ਇਸ ਦੇ ਕਈ ਮੰਤਰੀ ਭ੍ਰਿਸ਼ਟਾਚਾਰ ਦੇ ਲਬੇੜ ਦੇ ਵਿੱਚ ਆ ਚੁੱਕੇ ਹਨ ਤੇ ਪਿਛਲੀ ਸਰਕਾਰ ਨੇ ਭ੍ਰਿਸ਼ਟਾਚਾਰ ਵਿਰੁੱਧ ਕੋਈ ਕਦਮ ਨਹੀਂ ਚੁੱਕਿਆ ਸੀ ਮੁੱਖ ਮੰਤਰੀ ਨੇ ਵੀ ਇਸ਼ਾਰਾ ਕੀਤਾ ਕਿ ਭ੍ਰਿਸ਼ਟਾਚਾਰ ਦੇ ਵਿੱਚ ਸ਼ਾਮਲ ਅਫ ਉੜਾ ਕੀਤਾ ਜਾਫਿਕਾ ਪੰਜਾਬ ਨੂੰ ਦਹਿਲਾਉਣ ਦੀ ਪਾਕਿਸਤਾਨ ਦੀ ਸਾਜ਼ਿਸ਼ ਨੂੰ ਬੀਐਸਐਫ ਨੇ ਇੱਕ ਵਾਰ ਫਿਰ ناکਾਮ ਕਰ ਦਿੱਤਾ ਹੈ ਬੀਐਸਐਫ ਦੇ ਜਵਾਨਾਂ ਨੇ ਪਾਕਿਸਤਾਨ ਦੇ ਵੱਲੋਂ ਭੇਜਿਆ ਗਿਆ ਹਥਿਆਰਾਂ ਦਾ ਜ਼ਖੀਰਾ ਬਰਾਮਦ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ ਬੀਐਸਐਫ ਪੰਜਾਬ ਫਰੰਟੀਅਰ ਦੇ ਡੀਆਈਜੀ ਕਮ ਪਬਲਿਕ ਰਿਲੇਸ਼ਨ ਅਫਸਰ ਨੇ ਦੱਸਿਆ ਕਿ ਬੀਐਸਐਫ ਦੀ 136 ਬਟਾਲੀਅਨ ਦੇ ਫਿਰੋਜ਼ਪੁਰ ਭਾਰਤ ਪਾਕਿਸਤਾਨ ਬਾਰਡਰ ਦੀ ਬੀਓਪ ਜੁਗਤੀਸ਼ ਤੇ ਇੱਕ ਹਥਿਆਰਾਂ ਦੇ ਜ਼ਖੀਰੇ ਦੇ ਨਾਲ ਭਰਿਆ ਹੋਇਆ ਬੈਗ ਬਰਾਮਦ ਕੀਤਾ ਜਾਂਚ ਕਰਨ ਦੇ ਵਿੱਚ ਬੈਗ ਵਿੱਚੋਂ 6 ਖਾਲੀ ਮੈਗਜ਼ੀਨਾਂ ਦੇ ਸਨੇ 3 AK47 ਰਾਈਫਲ 6 ਹੋਰ ਖਾਲੀ ਮੈਗਜ਼ ਰਾਈਫਲ ਛੇ ਖਾਲੀ ਮੈਗਜ਼ੀਨਾਂ ਦੇ ਨਾਲ ਤਿੰਨ ਪਿਸਤੌਲ ਅਤੇ ਕਾਰਤੂਸ ਜਿਹੜੇ ਨੇ ਬ੍ਰਾਹਮਤ ਹੋਏ ਨੇ ਬੀਐਸਐਫ ਦੇ ਜਵਾਨਾਂ ਦੇ ਅਨੁਸਾਰ ਹਥਿਆਰਾਂ ਦਾ ਇਹ ਜ਼ਖੀਰਾ ਜ਼ੀਰੋ ਲਾਈਨ ਤੋਂ ਬ੍ਰਾਹਮਤ ਹੋਇਆ ਹਨਾਂ ਨੇ ਦਾਅਵਾ ਕੀਤਾ ਕਿ ਭਾਰਤ ਪਾਕਿਸਤਾਨ ਬਾਰਡਰ ਤੇ ਬੀਐਸਐਫ ਪੂਰੀ ਤਰ੍ਹਾਂ ਦੇ ਨਾਲ ਚੌਕਸ ਰਹਿੰਦੇ ਹੋਏ ਡਿਊਟੀ ਕਰ ਰਹੇ ਹਨ ਤੇ ਦੇਸ਼ ਵਿਰੋਧੀ ਤਾਕਤਾਂ ਦੇ ਨਾਕਾਮ ਮਨਸੂਬਿਆਂ ਨੂੰ ਲਗਾਤਾਰ ਫੇਲ ਕਰ ਰਹੇ ਨੇ ਉਧ ਰਾਜਧਾਨੋ ਕੁਸਰ ਪਹਿਲਾ ਮੇਅਰ ਜਗਦੀਸ਼ ਰਾਜ ਨੇ ਸ਼ਹਿਰ ਦੀ ਸਫਾਈ ਸੰਬੰਧੀ ਵਿਵਸਥਾ ਵਿੱਚ ਯੋਗਦਾਨ ਦੇ ਲਈ ਸੈਨੀਟੇਸ਼ਨ ਕਮੇਟੀ ਦਾ ਗਠਨ ਕੀਤਾ ਸੀ ਜਿਸ ਦਾ ਚੇਅਰਮੈਨ ਕਾਂਗਰਸੀ ਕੌਂਸਲਰ ਬਲਰਾਜ ਠਾਕੁਰ ਨੂੰ ਬਣਾਇਆ ਗਿਆ ਸੀ ਉਸ ਦੇ ਵਿੱਚ ਕਾਂਗਰਸੀ ਕੌਂਸਲਰ ਜਗਦੀਸ਼ ਸਮਰਾਏ ਅਵਤਾਰ ਸਿੰਘ ਸ਼ਮਸ਼ੇ ਸਿੰਘ ਖਹਿਰਾ ਆਦਿ ਨੂੰ ਲਿਆਂਦਾ ਗਿਆ ਉਸ ਸਮੇਂ ਪੰਜਾਬ ਦੇ ਜਲੰਧਰ ਨਗਰ ਨਿਗਮ ਦੇ ਵਿੱਚ ਕਾਂਗਰਸ ਹੀ ਸਰਕਾਰ ਸੀ ਪਰ ਕਾਂਗਰਸੀ ਕੌਂਸਲਾਂ ਤੇ ਧਾਰੇ ਤੇ ਇਹ ਸੈਨੀਟੇਸ਼ਨ ਕਮੇਟੀ ਬੁਰੀ ਤਰ੍ਹਾਂ ਫੇਲ ਹੋਈ ਸਾਬਤ ਹੋਈ ਹੁਣ ਤੱਕ ਇਸ ਨੂੰ ਇੱਕ ਪ੍ਰੋਜੈਕਟ ਸਿਰੇ ਨਹੀਂ ਚੜ੍ਹ ਸਕਿਆ ਇਸ ਦੇ ਬਾਵਜੂਦ ਮੇਅਰ ਰਾਜਾ ਨੇ ਲਗ ਦੇ ਵਿੱਚ ਸਿਰਫ ਅਫਸਰਾਂ ਨੂੰ ਨਿਰਦੇਸ਼ ਦਿੱਤੇ ਗਏ ਨੇ ਜਦਕਿ ਸਾਰ ਨੂੰ ਪਤਾ ਹੈ ਕਿ ਨਿਰਦੇਸ਼ ਸਿਰਫ ਕਾਗਜ਼ਾਂ ਦੇ ਵਿੱਚ ਹੀ ਰਹਿ ਜਾਣਗੇ ਸ਼ੁਰੂ-ਸ਼ੁਰੂ ਦੇ ਵਿੱਚ ਇਸ ਕਮੇਟੀ ਨੇ ਸ਼ਹਿਰ ਤੋਂ ਨਿਕਲਦੇ ਕੂੜੇ ਨੂੰ ਤੋਲਣ ਦਾ ਪ੍ਰੋਜੈਕਟ ਬਣਾਇਆ ਸੀ ਤਾਂ ਜੋ ਤੇਲ ਦੀ ਚੋਰੀ ਰੋਕੀ ਜਾ ਸਕੇ ਪਰ ਕੁਝ ਦਿਨ ਮਿਹਨਤ ਤੋਂ ਬਾਅਦ ਉਸ سلسلے ਨੂੰ ਵੀ ਬੰਦ ਕਰਨਾ ਪਿਆ ਇਸ ਕਮੇਟੀ ਨੇ ਬਨਾਨਾ ਡੰਪ ਪਰ ਦੇਖਦਰਣ ਤੌਰ ਤੇ ਕੀਤੇ ਪਰ ਡੰਪ ਦੀ ਹਾਲਤ ਲਗਾਤਾਰ ਵਿਗੜਦੀ ਚੱਲੀ ਗਈ ਤੇ ਥੋੜਾ ਜਿਹਾ ਵੀ ਸੁਧਾਰ ਨਹੀਂ ਆਇਆ ਨਿਗਮ ਦੀ ਵਰਕਸ਼ਾਪ ਨੂੰ ਲੈ ਕੇ ਵੀ ਇਹ ਕਮੇਟੀ ਕੁਝ ਨਹੀਂ ਕਰ ਸકી ਹੋਰ ਤਾਂ ਹੋਰ ਕੌਂਸਲਰ ਬਰਦਰਾਜ ਠਾਕੁਰ ਆਪਣੇ ਵਾਰਡ ਦੇ ਵਿੱਚ ਆਉਂਦੇ ਮੋਡਲ ਟਾਊਨ ਚਮシャンਕਾਰ ਡੰਪ ਦੀ ਇਸ ਮਸਦਾ ਹਾਲ ਤੱਕ ਨਹੀਂ ਕਰਵਾ ਸਕੇ ਕੌਂਸਲਰ ਜਗਦੀਸ਼ ਸਮਰਾਈ ਵੀ ਕਮੇਟੀ ਦੇ ਮੈਂਬਰ ਹੁੰਦੇ ਹੋਏ ਸਫਾਈ ਕਰਮਚਾਰੀ ਦੀ ਕਮੀ ਦਾ ਰੋਣਾ ਰੋਂਦੇ ਰਹੇ ਕਮੇਟੀ ਮੈਂਬਰ ਕੌਂਸਲ ਅਫਤਾਰ ਸਿੰਘ ਨੇ ਵਾਰਡ ਦੇ ਵਿੱਚ ਆਉਂਦੇ ਵਿਕਾਸਪੁਰੀ ਡੰਪ ਦੀ ਹਾਲਤ ਵੀ ਉਹਨਾਂ ਤੋਂ ਸੁਧਾਰ ਨਹੀਂ ਸਕੀ ਅੱਜ ਵੀ ਸ਼ਹਿਰ ਦੇ ਸਾਰੇ ਡ ਕਮੇਟੀ ਤੋਂ ਕੁਝ ਨਹੀਂ ਹੋ ਪਾਰਿਆ ਤਿੰਨ ਚਾਰ ਸਾਲ ਪਹਿਲਾਂ ਹਾਰਟੀਕਲਚਰ ਵੇਸਟ ਨੂੰ ਕੰਪੋਸਟ ਦੇ ਵਿੱਚ ਬਦਲਣ ਦੇ ਲਈ ਬਰਟਨ ਪਾਰਕ ਨਰਸਰੀ ਦੇ ਵਿੱਚ ਮਸ਼ੀਨ ਲਗਵਾਈ ਗਈ ਸੀ ਜੋ ਕਿ ਕਈ ਸਾਲਾਂ ਤੋਂ ਬਾਧ ਪਈ ਹੈ ਜਿਸ ਨੂੰ ਚਲਾਉਣ ਦੀ ਕੋਈ ਕੋਸ਼ਿਸ਼ ਕਮੇਟੀ ਨੇ ਕੀਤੀ ਹੀ ਨਹੀਂ ਲੱਖਾਂ ਕਰੋੜਾ ਰੁਪਏ ਦੀ ਲਾਗਤ ਨਾਲ ਸਮਾਰਟ ਸਿਟੀ ਦੇ ਨਿਗਮ ਦੇ ਪੈਸੇ ਤੇ ਦੋ ਸਵੀਪਿੰਗ ਮਸ਼ੀਨਾਂ ਖਰੀਦੀਆਂ ਗਈਆਂ ਸਨ ਪਰ ਸੈਂਟੇਸ਼ਨ ਕਮੇਟੀ ਨੇ ਅੱਜ ਤੱਕ ਉਹਨਾਂ ਨੂੰ ਮਾਨਟਰੀਂਗ ਨਹੀਂ ਕੀਤੀ ਅੱਜ ਦੀ ਬੈਠਕ ਦੇ ਵਿੱਚ ਨਿਗਮ ਕ ਦੇ ਅਧਿਕਾਰੀਆਂ ਦੇ ਕੌਂਸਲ ਬਲਰਾਜ ਕੌਂਸਲਰ ਸਮਰਾਏ ਆਦਿ ਨੇ ਦੱਸਿਆ ਕਿ ਸ਼ਹਿਰ ਵਿੱਚ ਸਵੀਪਿੰਗ ਮਸ਼ੀਨਾਂ ਚੱਲ ਰਹੀਆਂ ਨੇ ਪਰ ਬ ਹਰ ਵਿੱਚ ਚੱਲਦੇ ਵੇਖਿਆ ਹੀ ਨਹੀਂ ਤਿੰਨ ਸਾਲ ਪਹਿਲਾਂ ਕਾਂਗਰਸ ਸਰਕਾਰ ਦੇ ਦੌਰਾਨ ਸ਼ਹਿਰ ਦੇ ਵਿੱਚ 78 ਥਾਵਾਂ ਦੇ ਪਿੱਟ ਕੰਪੋਸਟਿੰਗ ਯੂਨਿਟ ਬਣਾਏ ਗਏ ਸਨ ਪਰ ਸੈਨੀਟੇਸ਼ਨ ਕਮੇਟੀ ਇਹਨਾਂ ਨੂੰ ਚਲਾ ਸਕਣ ਦੇ ਵਿੱਚ ਬੁਰੀ ਤਰ੍ਹਾਂ ਫੇਲ ਰਹੀ ਹੈ ਤੇ ਉੱਤੇ ਕਰਮ ਚਾ ਰਹੀਆਂ ਬਿਜਲੀ ਪਾਣੀ ਕਨੈਕਸ਼ਨ ਦਾ ਅਪਰ ਬੱਦ ਤੱਕ ਨਹੀਂ ਕਰਵਾ ਸਕੀ ਸੈਨੀਟੇਸ਼ਨ ਕਮੇਟੀ ਤੋਂ ਇਹ ਨਾ ਨਹੀਂ ਹੋ ਸਕਿਆ ਕਿ ਕੂੜਾ ਢੋਣ ਵਾਲੀਆਂ ਗੱਡੀਆਂ ਨੂੰ ਤਰਪਾਲ ਦਾਲ ਹੀ ਠੱਕਾ ਜਾ ਸਕੇ ਉਦਰ ਪੰਜਾਬ ਦੇ ਸਿਹਤ ਮੰਧਰ ਚੇਤਨ ਸਿੰਘ ਜੋੜਾ ਮਾਜਰਾ ਨੇ ਸੁਬੇ ਦੇ ਵਿੱਚ ਸਿਹਤ ਵਿਭਾਗ ਦੇ ਅਧਿਨੇ ਆਉਂਦੇ ਆ ਖਸਤਾ ਹਾਲਤ ਇਮਾਰਤਾਂ ਨੂੰ ਟਕਵੀ ਪ੍ਰਕਿਰਿਆ ਪਨਾ ਕੇ ਹਟਾਉਣ ਦੇ ਨਿਰਦੇਸ਼ ਦਿੱਤੇ ਨੇ ਇਸ ਤੋਂ ਇਲਾਵਾ ਨਾਣੇ ਕਿਹਾ ਕਿ ਸੁਬੇ ਵਿੱਚ 14 ਨਵੇਂ ਜਨ ਔਸ਼ਧੀ ਸਟੋਰ ਵੀ ਖੋਲੇ ਜਾਣਗੇ ਸਿਹਤ ਤੇ ਪਰਿਵਾਰ ਭਲਾਈ ਮੰਧਰ ਚੇਤਨ ਸਿੰਘ ਜੋੜਾ ਮਾਜਰਾ ਦੀ ਪ੍ਰਧਾਨਗੀ ਤੇ ਹਿਤ ਵੀਰਵਾਨ ਪੰਜਾਬ ਭਵਨ ਚੰਡੀਗੜ੍ਹ ਵਿਖੇ ਸੁਬੇ ਦੇ ਸਿਹਤ ਅਧਿਕਾਰ ਅ ਦੀ ਮੀਟਿੰਗ ਹੋਈ ਹੈ ਮੀਟਿੰਗ ਦੇ ਦੌਰਾਨ ਮੰਤਰੀ ਨੇ ਵਿਭਾਗ ਵਿੱਚ ਚੱਲ ਰਹੇ ਵੱਖ-ਵੱਖ ਵਿਕਾਸ ਕਾਰਜਾਂ ਦੀ ਪ੍ਰਕਿਰਿਆ ਦਾ ਜਾਇਜ਼ਾ ਲਿਆ ਮੀਟਿੰਗ ਨੂੰ ਸੰਬੋਧਨ ਕਰਦਿਆਂ ਜੋੜਾ ਮਾਜ ਵਟਾ ਪਰਦਾਸ਼ ਨਹੀਂ ਕੀਤੀ ਜਾਵੇਗੀ ਤੇ ਕੋਤਾਹੀ ਕਰਨ ਵਾਲੇ ਅਧਿਕਾਰੀਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਜੁਣਾ ਮਾਜਰਾ ਨੇ ਸੂਬੇ ਦੇ ਵਿੱਚ ਸਿਹਤ ਸੇਵਾਵਾਂ ਨੂੰ ਹੋਰ ਬਿਹਤਰ ਬਣਾਉਣ ਦੇ ਅਧਿਕਾਰ ਨੂੰ ਹਦਾਇਤ ਕੀਤੀ ਹੈ ਕਿ ਪੰਜਾਬ ਦੀਆਂ ਅਸਟਰੀਆ ਸਿਹਤ ਸੇਵਾਵਾਂ ਨੂੰ ਸੰਸਥਾਵਾਂ ਨੂੰ ਹਦਾਇਤਾਂ ਦੇਣ ਕਿ ਉਹ ਆਪਣੇ ਮੈਡੀਕਲ ਉਪਕਰਨਾਂ ਦੇ ਬਾਰੇ ਜਾਣਕਾਰੀ ਦੇਣ ਦੇ ਨਾਲ-ਨਾਲ ਕਿਸੇ ਵੀ ਉਪਕਰਨ ਜਾਂ ਮੁਹਾਰਤ ਦੀ ਲੋੜ ਬਾਰੇ ਵੀ ਜਾਣਕਾਰੀ ਦੇਣ ਇਸ ਸੰਬੰਧੀ ਬਜਟ ਵਿੱਚ ਵਿਵਸਥਾ ਕੀਤੀ ਗਈ ਹੈ ਸਿਹਤ ਮੰਤਰੀ ਨੇ ਪੰਜਾਬ ਦੀਆਂ ਸਿਹਤ ਸੰਸਥਾਵਾਂ ਨੂੰ ਖਰਾਬ ਜਾਂ ਅਨਵਰਤ ਉਪਕਰਨਾਂ ਦੇ ਨਿਪਟਾਰੇ ਲਈ ਕਾਰਵਾਈ ਕਰਨ ਲਈ ਆਖਿਆ ਤਾਂ ਜੋ ਹਸਪਤਾਲਾਂ ਦੇ ਵਿੱਚ ਖਾਲੀ ਪਈ ਥਾਂ ਨੂੰ ਖਾਲੀ ਕਰਵਾਇਆ ਜਾ ਸਕੇ ਨੇ ਹਸਪਤਾਲਾਂ ਦੇ ਵਿੱਚ ਸਫਾਈ ਦੇ ਰੱਖ-ਰਖਾਵ ਦੇ ਲਈ ਠੇਕੇ ਦੀ ਸਥਿਤੀ ਦੇ ਬਾਰੇ ਵੀ ਜਾਣਕਾਰੀ ਲਈ ਤੇ ਅਧਿਕਾਰੀਆਂ ਨੂੰ ਹਸਪਤਾਲਾਂ ਦੀ ਬਿਹਤਰ ਦੇਖਭਾਲ ਯਕੀਨੀ ਬਣਾਉਣ ਦੇ ਲਈ ਕਿਹਾ। ਉਹਨਾਂ ਨੇ ਕਿਹਾ ਕਿ ਖਸਤਾ ਹਾਲਤ ਦੇ ਵਿੱਚ ਪੁਰਾਣੀਆਂ ਇਮਾਰਤਾਂ ਨੂੰ ਉਚਿਤ ਪ੍ਰਕਿਰਿਆ ਅਪਣਾਉਂਦੇ ਹੋਏ ਡਿਗਾ ਦਿੱਤਾ ਜਾਵੇ ਪੰਜਾਬ ਦੇ ਸਰਕਾਰੀ ਹਸਪਤਾਲਾਂ ਦੇ ਵਿੱਚ 25 ਜਨ ਔਸ਼ਦੀ ਸਟੋਰ ਪਹਿਲਾਂ ਹੀ ਕਫਾਇਦੀ ਦਰਾਂ ਤੇ ਦਵਾਈਆਂ ਮੁਹੱਈਆ ਕਰਵਾ ਰਹੇ ਨੇ। ਲੋਕਾਂ ਦੀ ਸਹੂਲਤ ਦੇ ਲਈ ਅਜੇ ਹੀ 14 ਹੋਰ ਸਟੋਰ ਖੋਲ੍ਹਣ ਦੀ ਯੋਜਨਾ ਉਹਨਾਂ ਨੇ ਅਧਿਕਾਰੀਆਂ ਨੂੰ ਮੁਲਾਜ਼ਮਾਂ ਦੇ ਮੈਡੀਕਲ ਬਿਨਾ ਦੀ ਅਦਾਇਗੀ ਨੂੰ ਲੈ ਕੇ ਕਿਸੇ ਵੀ ਬਕਾਇਆ ਮਾਮਲੇ ਨੂੰ ਪਟਾਉਣ ਦੇ ਲਈ ਵੀ ਕਿਹਾ। ਉਦਾ ਦੇਸ਼ਪਗਤ ਯੂਨੀਵਰਸਿਟੀ ਮੰਡੀ ਗੋਬਿੰਦਗੜ੍ਹ ਨੇ ਆਪਣਾ 10ਵਾਂ ਸਥਾਪਨਾ ਦਿਵਸ 22 ਅਕਤੂਬਰ 2022 ਨੂੰ ਬੜੇ ਉਤਸ਼ਾਹ ਅਤੇ ਉਮਤਾਪ ਦੇ ਨਾਲ ਮਨਾਇਆ ਇਸ ਮੌਕੇ ਦੇਸ਼ਪਗਤ ਯੂਨੀਵਰਸਿਟੀ ਦੇ ਮਾਨਯੋਗ ਚਾਂਸਲਰ ਡਾਕਟਰ ਜੋਰਾ ਸਿੰਘ ਪ੍ਰੋਫੈਸਰ ਚਾਂਸਲਰ ਡਾਕਟਰ ਤਜਿੰਦਰ ਕੌਰ ਪ੍ਰਧਾਨ ਡਾਕਟਰ ਸੰਦੀਪ ਸਿੰਘ ਵਾਈਸ ਚਾਂਸਲਰ ਡਾਕਟਰ ਵਰਿੰਦਰ ਸਿੰਘ ਆਨਰੇਰੀ ਵਿਸ਼ੇਸ਼ ਮਹਿਮਾਨ ਡਾਕਟਰ ਡੀ ਐਸ ਗਰੇਵਾਰ ਡਾਕਟਰ अछरू सिंह प्रोफेसर एमरेट्स श्री हरदेव सिंह ਅਤੇ ਪ੍ਰਧਾਨ ਡਾਕਟਰ ਹਰਸ਼ ਸਦਾਵਰਤੀ ਡੀਨ ਅਕੈਡਮਿਕ ਡਾਕਟਰ ਐਲ ਐਸ ਬੇਦੀ ਅਤੇ ਦੇਸ਼ਪਗਤ ਯੂਨੀਵਰਸਿਟੀ ਦੀ ਰਜਿਸਟਰਾਰ ਡਾਕਟਰ ਚਰਨਜੀਤ ਕੌਰ ਸੋਹੀ ਵੀ ਇਸ ਮੌਕੇ ਤੇ ਹਾਜ਼ਰ ਸਨ ਸਥਾਪਨਾ ਦਿਵਸ ਦੇ ਮੌਕੇ ਤੇ ਦੇਸ਼ਪਗਤ ਯੂਨੀਵਰਸਿਟੀ ਦੇ ਸਾਬਕਾ ਖੋਜ ਨਿਰਦੇਸ਼ਕ ਡਾਕਟਰ ਡੀ ਐਸ ਗਰੇਵਾਲ ਨੇ ਸ਼੍ਰੀ ਗੁਰਨਾਇਨ ਸਿੰਘ ਦੇ ਜੀਵਨ ਯਾਤਰਾ ਤੇ ਸਿਖਿਆਵਾਂ ਦੇ ਬਾਰੇ ਲਿਖੀ ਆਪਣੀ ਪੁਸਤਕ ਰਿਲੀਜ਼ ਕੀਤੀ ਡਾਕਟਰ ਗਰੇਵਾਲ ਨੇ ਇਸ ਪੁਸਤਕ ਦੇ ਵਿੱਚ ਨਜੀਤ ਧਾਰਮਿਕ ਸਥਾਨਾਂ ਦਾ ਵਰਣਨ ਕੀਤਾ ਉਹਨਾਂ ਸਾਰੇ ਧਾਰਮਿਕ ਸਥਾਨਾਂ ਤੇ ਉਹਨਾਂ ਦੇ ਨਿੱਜੀ ਤੌਰ ਤੇ ਦੌਰਾ ਵੀ ਕੀਤਾ ਸਥਾਪਨਾ ਦੇ ਵ ਸਟੀ ਦੇ ਚਾਂਸਲਰ ਡਾਕਟਰ ਜੋਰਾ ਸਿੰਘ ਦੇ ਪਿਤਾ ਸਰਦਾਰ ਲਾਲ ਸਿੰਘ ਜੀ ਦੀ ਵਰਲਡ ਬੁੱਕ ਆਫ ਰਿਕਾਰਡਸ ਲੰਡਨ ਤੋਂ ਮਾਨਤਾ ਪ੍ਰਾਪਤ ਵਿਜਨਤਾ ਕੀਤੀ ਗਈ ਵਰਲਡ ਬੁੱਕ ਆਫ ਰਿਕਾਰਡਸ ਲੰਡਨ ਦੇ ਸਰਦਾਰ ਲਾਲ ਸਿੰਘ ਦੇ ਰਾਸ਼ਟਰੀ ਖਣਤਾ ਸਮਾਜ ਸੁਧਾਰ ਤੇ ਸਿੱਖਿਆ ਵਿੱਚ ਬੇਮਿਸਾਲ ਯੋਗਦਾਨ ਦੇ ਨਾਲ-ਨਾਲ ਭਾਰਤੀ ਆਜ਼ਾਦੀ ਦੇ ਲੀਕ ਸੁਤੰਤਰਤਾ ਸੰਨਾਨੀ ਦੇ ਵਜੋਂ ਉਨ੍ਹਾਂ ਦੀ ਭੂਮਿਕਾ ਨੂੰ ਮਰਨ ਉਪਰੰਤ ਮਾਨਤਾ ਦਿੱਤੀ ਭਾਰਤ ਦੇ ਅਗਗੇ ਸੁਤਤਕਾ ਸੁਨਾਨੀ ਸਰਦਾਰ ਲਾਲ ਸਿੰਘ ਜੀ ਨੂੰ ਪ੍ਰਧਾਨ ਤੇ ਸ਼੍ਰੀਮਤੀ ਇੰਦਰਾ ਗਾਂਧੀ ਨੇ ਤਾਮਰ ਪੱਤਰ ਅਵਾਰਡ ਤੇ ਸਨਮਾਨਿਤ ਕੀਤਾ ਸਰਦਾਰ ਲਾਲ ਸਿੰਘ ਨੂੰ ਸੁਭਾਸ਼ ਚੰਦਰ ਪੋਸ਼ ਦੇ ਸਾਥੀ ਵੀ ਸਨ ਇਸ ਮੌਕੇ ਦੇਸ਼ਪਗੁਰ ਯੂ ਸਮਤ ਯੂਨੀਵਰਸਿਟੀ ਦੀ ਸੇਵਾ ਕਿਤੇ ਨੰਦ ਵਿੱਚ ਸ਼ਿਰਕੀ ਕੀਤੀ ਸ਼ਰਮਾ ਡਾਕਟਰ ਡੀਐਸ ਗਰੇਵਾਲ ਡਾਕਟਰ ਅਸ਼ਰੂ ਸਿੰਘ ਡਾਕਟਰ ਵੇਦ ਪ੍ਰਕਾਸ਼ ਪਾਧਿਆਏ ਡਾਕਟਰ ਦਿਨਪਲ ਸ਼ਰਮਾ ਵੀ ਹਾਜ਼ਰ ਸਨ ਜਿਸ ਵਿਚੋੜਾ ਨੇ ਗਾਇਕੀ ਲੋਕਨਾਚ ਫੈਸ਼ਨ ਸ਼ੋਅ ਆਦਿ ਸਬਾਚਾਰਕ ਪੇਸ਼ਕਾਰੀਆਂ ਵੀ ਕੀਤੀਆਂ ਆਪਣੇ ਸੰਬੋਧਨ ਵਿੱਚ ਦੇਸ਼ਪਗੁਰ ਯੂਨੀਵਰਸਿਟੀ ਦੇ ਮਾਨਯੋਗ ਚਾਂਸਟਰ ਡਾਕਟਰ ਜ਼ੋਰਾ ਸਿੰਘ ਨੇ ਯੂਨੀਵਰਸਿਟੀ ਦੇ 10ਵੇਂ ਸਥਾਪਨਾ ਦਿਵਸ ਦੀ ਸਾਰਿਆਂ ਨੂੰ ਵਧਾਈ ਦਿੱਤੀ ਉਹਨਾਂ ਨੇ ਵਪਾਰ ਨਵੀਂਦਾ ਤੇ ਖੋਜ ਦੇ ਖੇਤਰਾਂ ਦੇ ਵਿੱਚ ਯੂਨੀਵਰਸਿਟੀ ਦੀਆਂ ਪ੍ਰਾਪਤੀਆਂ ਵਿੱਚ ਸਾਂਝੀਆਂ ਕੀਤੀਆਂ ਪੰਜਾਬ ਦੇ ਮੌਸਮ ਦੇ ਵਿੱਚ ਮੋੜ ਤੋਂ ਬਦਲਾਅ ਆਉਣਾ ਸ਼ੁਰੂ ਹੋ ਗਿਆ ਹੈ ਮੌਸਮ ਬਦਲਣ ਦੇ ਕਾਰਨ ਹੁਣ ਦਿਨ ਦੇ ਨਾਲ ਨਾਲ ਰਾਤ ਦੇ ਤਾਪਮਾਨ ਦੇ ਵਿੱਚ ਵੀ ਗਰਾਵਟ ਆਉਣ ਲੱਗੀ ਹੈ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਤੇਜ਼ ਹਵਾਵਾਂ ਚੱਲ ਰਹੀਆਂ ਨੇ ਜਿਸ ਕਾਰਨ ਠੰਡ ਵੱਧ ਗਈ ਹੈ ਦਿਨ ਵੇਲੇ ਹਲਕੀ ਧੁੱਪ ਨਿਕਲਣ ਦੇ ਕਾਰਨ ਗਰਮੀ ਗਾਇਬ ਹੋ ਗਈ ਹੈ ਹਾਲਾਂਕਿ ਸਵੇਰੇ ਕਈ ਜ਼ਿਲ੍ਹਿਆਂ ਦੇ ਵਿੱਚ ਹਵਾ ਗੁਣਵੰਤਾ ਸੂਚਕ ਅੰਕ ਉੱਚਾ ਹੋ ਚੁੱਕਿਆ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਰਾਤ ਦਾ ਤਾਪਮਾਨ 13 ਤੋਂ 15 ਡਿਗਰੀ ਤੱਕ ਰਿਕਾਰਡ ਕੀਤਾ ਗਿਆ ਜਦਕਿ ਦਿਨ ਦੇ ਵਿੱਚ 30 ਤੋਂ 33 ਦੇ ਵਿੱਚਕਾਰ ਗਰਮੀ ਪੈ ਸਕਦੀ ਹੈ ਦਿਨ ਰਾਤ ਦੇ ਦੀ ઠੰਡ ਦੇ ਕਾਰਨ ਸਾਹ ਸੰਬੰਧੀ ਰੋਗ ਵੱਧ ਸਕਦੇ ਨੇ ਚੰਡੀਗੜ੍ਹ ਮੌਸਮ ਕੇਂਦਰ ਦੇ ਅਨੁਸਾਰ ਅੱਜ ਅਸਮਾਨ ਸਾਫ਼ ਹੈ ਤੇ ਦਿਨ ਗਰਮ ਹੈ ਉੱਤਰ ਪੱਛਮ ਦੇ ਵੱਲ ਅਜੇ ਸੁੱਕੀਆਂ ਹਵਾਵਾਂ ਚੱਲ ਰਹੀਆਂ ਨੇ ਜਿਸ ਕਾਰਨ ਰਾਤ ਦੇ ਤਾਪਮਾਨ ਦੇ ਵਿੱਚ ਘਰਾਵਟ ਆਈ ਹੈ ਸੂਤਰਾਂ ਦੇ ਅਨੁਸਾਰ ਸਾਲ 1954 ਦੇ ਵਿੱਚ ਅਕਤੂਬਰ ਦੇ ਮਹੀਨੇ ਅੰਮ੍ਰਿਤਸਰ ਦੇ ਵਿੱਚ ਘੱਟ ਤੋਂ ਘੱਟ 9.04 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਸੀ ਇਸ ਨਾਲੇ ਨਾਲ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਅੱਜ ਫਿਲਹਾਲ ਨਹੀਂ ਆਪਣੀ ਦੂਸ਼ੀਤ ਅਲੋਦੋ ਇਜਾਜ਼ਤ ਤੁਸੀਂ ਜੁੜੇ ਰਹੋ ਐਚਐਸਐਨ ਨਿਊਜ਼ ਦੇ ਨਾਲ